ਤਾਂ ਵਾਰ ਪਲਟਵਾਰ ਦਾ ਦੌਰ ਜਾਰੀ ਹੈ। ਆਪਣੇ ਆਪਣੇ ਜਿੱਤ ਦਾ ਦਾਅਵਾ ਹਰ ਸਿਆਸੀ ਪਾਰਟੀ ਦੇ ਆਗੂ ਵੱਲੋਂ ਕੀਤਾ ਜਾ ਰਿਹਾ, ਪਰ ਇਸ ਸਭ ਦੇ ਵਿਚਾਲੇ ਬਾਗੀ ਸੁਰਾਂ ਹਰ ਸਿਆਸੀ ਪਾਰਟੀ ਦੇ ਲਈ ਮੁਸ਼ਕਲਾਂ ਵੀ ਖੜੀਆਂ ਹੋ ਰਹੀਆਂ ਨੇ। ਬਾਗੀ ਸੁਰਾਂ ਦੇ ਜ਼ਰੀਏ ਕਾਂਗਰਸ ਟਿਕਟ ਨਾ ਮਿਲਣ ਤੋਂ ਖਫਾ ਹੋ ਕੇ ਵਿਚਰ ਰਹੇ ਬਾਗੀਆਂ ਤੋਂ ਪਰੇਸ਼ਾਨ ਹੈ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਬਾਗੀਆਂ ਨੂੰ 48 ਘੰਟੇ ਦਾ ਅਲਟੀਮੇਟਮ ਦਿੰਦਿਆਂ ਹੋਇਆ ਕਿਹਾ ਕਿ ਜੋ ਆਗੂ ਬਾਗੀ ਹੋ ਕੇ ਵਿਚਰ ਰਹੇ ਨੇ ਉਹ ਮੰਗਲਵਾਰ ਸ਼ਾਮ 5 ਵਜੇ ਤੱਕ ਆਪਣੀ ਦਾਅਵੇਦਾਰੀ ਵਾਪਸ ਲੈ ਕੇ ਪਾਰਟੀ ਵਿੱਚ ਪਰਤ ਆਉਣ, ਨਹੀਂ ਤਾਂ ਉਹਨਾਂ ਨੂੰ ਸਦਾ ਲਈ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਏਗਾ। ਕਾਂਗਰਸ ਪਾਰਟੀ ਤੁਹਾਨੂੰ ਕਦੇ ਨਹੀਂ ਲਏਗੀ, ਫਿਰ ਤੁਸੀਂ ਜਿਹੜੀ ਪਾਰਟੀ ਜਾਣਾ ਜਾਓ, ਵੀ ਡੋਂਟ ਕੇਅਰ, ਬਟ ਦੇ ਵਿਲ ਆਈਦਰ 48 ਘੰਟਿਆਂ 'ਚ 5 ਵਜੇ ਮੰਗਲਵਾਰ ਤਾਈਂ ਰਿਟਾਇਰ ਕਰਨ ਔਰ ਫੇਸ ਦੀ ਕੰਸੀਕਵੈਂਸਿਸ। ਇੱਕ ਕੈਪਟਨ ਦਾ ਅਲਟੀਮੇਟਮ ਹੈ ਉਹਨਾਂ ਆਗੂਆਂ ਨੂੰ ਜੋ ਪਾਰਟੀ 'ਚ ਵਿਰੋਧ ਦੀ ਸੁਰ ਚੁੱਕੀ ਬੈਠੇ ਨੇ। ਕੈਪਟਨ ਨੇ ਬਾਗੀਆਂ ਨੂੰ ਹੁਣ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ ਤੇ ਸਪਸ਼ਟ ਲਹਿਜੇ 'ਚ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਇਹ ਬਾਗੀ ਮੰਗਲਵਾਰ ਸ਼ਾਮ 5 ਵਜੇ ਤੋਂ ਪਹਿਲਾਂ ਬਗਾਵਤ ਦਾ ਰਾਹ ਛੱਡ ਦੇਣ, ਨਹੀਂ ਤਾਂ ਤਾ ਉਮਰ ਪਾਰਟੀ 'ਚੋਂ ਕੱਢ ਦਿੱਤੇ ਜਾਣਗੇ। ਟੂ ਦੋਜ਼ ਪੀਪਲ ਜਿਹੜੇ ਅੱਜ ਤਾਈਂ ਹਾਲੇ ਉਹਨਾਂ ਨੇ ਵਿਡਰਾਅ ਨਹੀਂ ਕੀਤਾ, 5 ਵਜੇ ਮੰਗਲਵਾਰ ਨੂੰ ਦੇ ਵਿਲ ਰਿਟਾਇਰ ਬਾਈ ਦੈਟ ਟਾਈਮ, ਇਫ ਨੋਟ ਦੇ ਵਿਲ ਬੀ ਐਕਸਪੈਲਡ ਫਰੋਮ ਦੀ ਪਾਰਟੀ ਫੋਰ ਲਾਈਫ, ਨੋ 5 ਈਅਰਸ ਐਂਡ 6 ਈਅਰਸ ਜਿਹਦੇ ਬਾਅਦ ਕਰਕੇ ਤੁਸੀਂ ਵਾਪਸ ਆ ਜਾਓ। ਕਾਂਗਰਸ ਪਾਰਟੀ ਤੁਹਾਨੂੰ ਕਦੇ ਨਹੀਂ ਲਏਗੀ, ਫਿਰ ਤੁਸੀਂ ਜਿਹੜੀ ਪਾਰਟੀ ਜਾਣਾ ਜਾਓ, ਵੀ ਡੋਂਟ ਕੇਅਰ, ਬਟ ਦੇ ਵਿਲ ਆਈਦਰ 48 ਘੰਟਿਆਂ 'ਚ 5 ਵਜੇ ਮੰਗਲਵਾਰ ਤਾਈਂ ਰਿਟਾਇਰ ਕਰਨ ਔਰ ਫੇਸ ਦੀ ਕੰਸੀਕਵੈਂਸਿਸ। ਬਾਗੀ ਕਾਂਗਰਸ ਦੀ ਬਣਦੀ ਖੇਡ ਕਿਸ ਕਦਰ ਵਿਗਾੜ ਸਕਦੇ ਨੇ, ਕੈਪਟਨ ਇਸ ਤੋਂ ਬਾਖੂਬੀ ਵਾਕਫ ਨੇ। ਸੋ ਅੰਦਰ ਖਾਤੇ ਸਮਝਾਉਣ ਦੀਆਂ ਕੋਸ਼ਿਸ਼ਾਂ ਨੂੰ ਬੋਰ ਨਾ ਪੈਂਦਾ ਵੇਖ ਹੁਣ ਕੈਪਟਨ ਨੇ ਸੁਰ ਜਰਾ ਖਰਮੀ ਕੀਤੀ ਹੈ। ਅਰਜੀਵ ਵਧਵਾ, ਜ਼ੀ ਮੀਡੀਆ, ਜਲੰਧਰ। ਉਧਰ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਵਾਰ ਪਲਟਵਾਰ ਦਾ ਦੌਰ ਵੀ ਸਿਖਰਾਂ ਤੇ ਹੈ। ਹਰ ਉਹ ਮੁੱਦਾ ਉਛਾਲਿਆ ਜਾ ਰਿਹਾ, ਭਾਵੇਂ ਉਹ ਸਮਾਜਿਕ ਹੋਵੇ ਜਾਂ ਆਰਥਿਕ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਆਬਕਾਰੀ ਨੀਤੀ ਤੇ ਸਵਾਲ ਚੁੱਕਦੇ ਹੋਏ ਮੌਜੂਦਾ ਸਰਕਾਰ ਤੇ ਸੂਬੇ ਦੇ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਜਿਵੇਂ ਜਿਵੇਂ ਨੇੜੇ ਆਉਂਦੀ ਜਾ ਰਹੀ ਹੈ, ਤਿਵੇਂ ਹੀ ਇਲਜ਼ਾਮ ਤਰਾਸ਼ੀਆਂ ਤੇ ਵਾਰ ਪਲਟਵਾਰ ਦਾ ਦੌਰ ਤੇਜ਼ ਹੁੰਦਾ ਜਾ ਰਿਹਾ। ਕਾਂਗਰਸ 'ਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਖਾਸ ਤੌਰ ਤੇ ਹਾਕਮ ਧਿਰ ਤੇ ਹਮਲਾਵਰ ਨੇ। ਨਵਜੋਤ ਸਿੰਘ ਸਿੱਧੂ ਹਰ ਉਹ ਮੁੱਦੇ ਜ਼ਰੀਏ ਸੂਬਾ ਸਰਕਾਰ ਨੂੰ ਘੇਰ ਰਹੇ ਨੇ ਜਿਸ ਦੇ ਨਾਲ ਸੂਬੇ ਦੀ ਆਰਥਿਕਤਾ ਵੀ ਜੁੜੀ ਹੋਈ ਹੈ। ਅੰਮ੍ਰਿਤਸਰ ਰੈਲੀ ਦੌਰਾਨ ਸਿੱਧੂ ਨੇ ਸੂਬੇ ਦੀ ਆਬਕਾਰੀ ਨੀਤੀ ਤੇ ਸਵਾਲ ਚੁੱਕੇ ਤੇ ਹਾਕਮ ਧਿਰ ਨੂੰ ਸੂਬੇ ਦੇ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦਾ ਜ਼ਿੰਮੇਵਾਰ ਦੱਸਿਆ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੇ ਇਲਜ਼ਾਮਾਂ ਨੂੰ ਸਹੀ ਠਹਿਰਾਇਆ। ਪੰਜਾਬ 'ਚ 12,500 ਠੇਕੇ ਹੈ, ਸ਼ਰਾਬ ਦੀ ਖਪਤ ਡਿਉੜੀ ਤੇ ਪੰਜਾਬ ਦੀ ਇਨਕਮ 5,000 ਕਰੋੜ ਰੁਪਏ। ਦੋਹਾਂ ਸਟੇਟਾਂ ਦੀ ਇਨਕਮ 'ਚ ਕਿੰਨਾ ਫਰਕ ਹੈ ਇੱਕ ਸਾਲ ਦਾ? 25,000 ਕਰੋੜ। ਇਹ ਕਿਵੇਂ ਫਰਕ ਪੈ ਗਿਆ? ਇਹ ਕਿਹਨੇ ਫਰਕ ਪਾਇਆ? ਇਹ ਨਿੱਜੀ ਠੇਕੇ ਕੌਣ ਚਲਾਉਂਦਾ? ਇਹ ਸਾਰੇ ਪੰਜਾਬ ਨੂੰ ਪਤਾ ਬਾਈ ਜੀ। ਸ਼ਰਾਬ ਤੁਸੀਂ ਇਸ ਲਈ ਕਹਿ ਰਹੇ ਹੋ ਕਿਉਂਕਿ ਨਵਜੋਤ ਨੇ ਆਂਕੜੇ ਦਿੱਤੇ ਨੇ। ਨਵਜੋਤ ਨੇ ਕਿਹਾ ਸੀ ਕਿ ਪੰਜਾਬ 'ਚ ਠੇਕੇ ਜ਼ਿਆਦਾ ਨੇ, ਰੈਵਨਿਊ ਘੱਟ ਹੈ। ਤਾਮਿਲਨਾਡੂ 'ਚ ਠੇਕੇ ਘੱਟ ਨੇ ਔਰ ਰੈਵਨਿਊ ਜ਼ਿਆਦਾ ਹੈ। ਦੈਟਸ ਫੈਕਟ, ਇਹੀ ਲੁੱਟ ਰਹੇ ਨੇ। ਰੇਤਾ ਗਵਰਨਮੈਂਟ ਗੈਟਸ ਓਨਲੀ 35 ਕਰੋੜਸ ਐਜ ਲਾਇਸੈਂਸ ਫੀ ਫੋਰ ਰੇਤਾ, ਦ ਬਿਜ਼ਨਸ ਇਜ਼ ਵਰਥ 6,000 ਕਰੋੜਸ। ਸਿੱਧੂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਹਾਕਮ ਧਿਰ ਵੱਲੋਂ ਦਿੱਤਾ ਗਿਆ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ, ਜਦਕਿ ਆਪਣਾ ਪੰਜਾਬ ਪਾਰਟੀ ਮੁਖੀ ਨੇ ਸਿੱਧੂ ਤੇ ਹੀ ਸਵਾਲ ਚੁੱਕਿਆ। ਇਹ ਇਲਜ਼ਾਮ ਤਰਾਸ਼ੀ ਕੋਈ ਚੰਗੀ ਗੱਲ ਨਹੀਂ, ਐਵੇਂ ਇਲਜ਼ਾਮ ਲਾਈ ਜਾਣਾ। ਸਿੱਧੂ ਦੀ ਗੱਲ 'ਚ ਕੋਈ ਵਜਨ ਨਹੀਂ। 3 ਵਾਰੀ ਸਿੱਧੂ MP ਰਿਹਾ, ਕੱਲ੍ਹ ਤੱਕ ਉਹਦੀ ਘਰ ਦੀ ਇਹਨਾਂ ਦੇ ਨਾਲ ਪਾਰਲੀਮੈਂਟਰੀ ਸੈਕਟਰੀ ਸੀਗੀ। ਹੁਣ ਰਾਤ ਸਿੱਧੂ ਨੂੰ ਸੁਪਨਾ ਆ ਗਿਆ ਵੀ ਇਹਨਾਂ ਦੀ ਆਬਕਾਰੀ ਨੀਤੀ ਬੜੀ ਮਾੜੀ ਸੀ। ਜੇ ਆਬਕਾਰੀ ਨੀਤੀ ਮਾੜੀ ਸੀ ਉੱਥੇ ਕੱਲ੍ਹ ਹੀ ਬੈਠੇ ਹੋਏ ਸੀ ਤੁਸੀਂ। ਸਿੱਧੂ ਸਾਹਿਬ ਓਨਾ ਹੀ ਬੋਲਿਆ ਕਰੋ ਜਿੰਨਾ ਕੁ ਲੋਕ ਹੁਣ ਪਸੰਦ ਕਰਨ। 3 ਟਰਮਾਂ ਤਾਂ ਤੁਸੀਂ BJP ਦੇ ਅਕਾਲੀਆਂ ਦੀਆਂ ਘੋੜੀਆਂ ਗਾਉਂਦੇ ਰਹੇ ਹੋ ਅਤੇ ਹੁਣ ਕਹਿੰਦੇ ਆ ਵੀ ਮਾੜੇ ਬੜੇ ਨੇ। ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਸ਼ਮੂਲੀਅਤ ਤੋਂ ਬਾਅਦ ਅਕਾਲੀ BJP ਸਰਕਾਰ 'ਤੇ ਸ਼ਬਦਾਂ ਦੇ ਤਿੱਖੇ ਤੀਰ ਛੱਡ ਰਹੇ ਨੇ। ਹਾਕਮ ਧਿਰ ਵੱਲੋਂ ਵੀ ਬਰਾਬਰ ਪਲਟਵਾਰ ਹੋ ਰਿਹਾ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਤੇ ਹੁਸ਼ਿਆਰਪੁਰ ਤੋਂ ਰਮਨ ਖੋਸਲਾ ਦੇ ਨਾਲ ਰਾਜੀਵ ਵਧਵਾ, ਜ਼ੀ ਮੀਡੀਆ, ਜਲੰਧਰ।